ਦਬਾ ਕੇ ਦੇ ਲੋਕਾਂ ਨੂੰ 300 ਰੁਪਏ ਆ ਪਰ ਤੁਹਾਨੂੰ 30 ਰੁਪਏ ਠਾ ਹੋ ਜਾਂਦੇ। ਬਸ ਆਲੂ ਬੁਖਾਰਾ ₹250 ਵਾਧੂ ਤੇ ਜੂਸ ਵਾਲਾ ਬੜਾ ਪਿਆਰਾ ਤੇ ਇੱਕ ਹੋਰ ਗੱਲ ਹੈ ਵੀਰ, ਇਹ ਅੰਬ ਜਿਹੜੇ ਨੇ ਨਾ ਇਹਨਾਂ ਦੀਆਂ ਜਿੰਨੀਆਂ ਨਸਲਾਂ ਹੁੰਦੀਆਂ ਨੇ ਇਹ ਹਰ ਮੌਸਮ ਨਾਲ 15-15 ਦਿਨ ਦੇ ਵਕਫੇ ਤੇ ਨਾ ਮਸਲਾਂ ਤੁਰੀਆਂ ਰਹਿੰਦੀਆਂ ਨੇ ਮਾਰਕੀਟ ਦੇ। ਹੁਣ ਪੂਰੇ ਜ਼ੋਰ ਨਾਲ ਸਿੰਦਰੀ ਚੱਲਣਗੇ। ਇਹ ਜੀ ਕਾਲਾ ਚੌਂਸਾ, ਚਿੱਟਾ ਚੌਂਸਾ, ਆਹੋ ਸਿੰਦਰੀ ਤੇ ਫਜਰੀ ਤੇ ਅਨਵਰ ਲਠੌਰ। ਅੱਛਾ, ਅਨਵਰ ਲਠੌਰ ਵੀ ਹੁੰਦਾ ਵਰਾਇਟੀ ਪੂਰੇ ਮੁਲਕ ਚ ਮਿਲ ਜਾਂਦੀ ਹੈ। ਇਹ ਜਿਹੜੀ ਅੰਬੀ ਹੁੰਦੀਆਂ ਨੇ ਬਹੁਤੇ ਬੰਦੇ ਕਹਿੰਦੇ ਨੇ ਅਚਾਰ ਵਾਲੀਆਂ ਨੇ, ਪਰ ਜਿਹਨਾਂ ਨੂੰ ਪਛਾਣ ਹੁੰਦੀ ਹੈ ਨਾ ਉਹ ਲੋਕ ਹੀ ਆਉਂਦੇ ਨੇ ਕਿ ਯਾਰ ਇਹ ਵਾਧੂ ਅੰਬ ਹੈ ਤੇ ਅਸੀਂ। ਅੱਜ ਕੱਲ੍ਹ ਯਾਨੀ ਕਿ ਸਿੰਦਰੀ ਚੱਲ ਰਿਹਾ ਤੇ ਇਹਦਾ ਜੂਸ ਬਣਦਾ ਬਿਹਤਰੀਨ ਜੂਸ ਕਮਾਲ ਦਾ। ਇਹ ਚ ਗਿਟਕ ਛੋਟੀ ਹੁੰਦੀ ਹੈ ਨਾ, ਲੰਮੀ ਤੋਤਾ ਨਵਾ ਗਿਟਕ ਹੁੰਦੀ ਹੈ। ਸਿੰਦਰੀ ਦੀ ਪਛਾਣ ਪਤਾ ਕੀ ਹੈ? ਆਹ ਇੱਥੋਂ ਮੋਟਾ ਤੇ ਇੱਥੋਂ ਬਰੀਕ, ਕੋਈ ਵੀ ਫੜ ਲਓ। ਆਹ ਵੇਖਿਆ, ਕਿਤੇ ਮੇਰੇ ਕੋਲੋਂ ਨਾ ਵੀ ਲੈਣਾ ਹੋਏ ਨਾ ਤੁਹਾਨੂੰ ਵੀ ਲਓ, ਇੱਥੋਂ ਮੋਟਾ ਜਾਂ ਪਿੱਛੋਂ ਬਰੀਕ ਸਿੰਦਰੀ। ਸਾਡੇ ਇੱਥੇ ਆਇਆ ਸਾਹਿਬ ਦੇਖਦਾ ਉਧਰ ਵੀ ਆਈ ਵੀ ਜਿਹੜੇ ਮੇਜਰ ਕਰਨ ਵਾਲੇ ਲੋਕ ਨੇ ਨਾ ਉਹਦਾ ਵੀ ਡੇਢ ਲੰਮਾ ਤੇ ਮੋਟਾ ਹੁੰਦਾ 250। ਚਲੋ ਜੀ ਸਹੀ ਹੈ ਤੇ ਸੋਹਣੇ ਸੋਹਣੇ ਅੰਬ 5 ਕਿਲੋ ਪਾਓ ਜਾਬਰ ਜੀ, ਸੋਹਣੇ ਸੋਹਣੇ ਅੰਬ 5 ਕਿਲੋ। ਮੈਂ ਤੁਹਾਡਾ ਬਹਿਸ ਨਹੀਂ ਜੇ ਕਰਨੀ, ਕਿਉਂਕਿ ਤੁਸੀਂ ਵੀ ਮੌਲਵੀ ਬੰਦੇ ਹੋ ਤੇ ਮੈਂ ਵੀ ਮੌਲਵੀ ਬੰਦਾ ਵਾਂ ਤੇ ਮੌਲਵੀ ਨੇ ਮੌਲਵੀ ਨਾਲ ਬਹਿਸ ਨਹੀਂ ਕਰਨੀ, ਤੁਹਾਡੀ ਮਿਹਰਬਾਨੀ। ਠੀਕ ਹੈ ਜਨਾਬ, 5 ਕਿਲੋ। ਹਾਂ 5 ਕਿਲੋ ਪਾਓ, ਚੁਣਨ ਵੀ ਨਹੀਂ ਜੇ ਮੈਂ ਦੇਣੇ ਕਿਉਂਕਿ ਮੇਰੀ ਰੇਹੜੀ ਦੀ ਸਜਾਵਟ। ਆਪਣੇ ਹੱਥ ਨਾਲ ਪਾਓ, ਆਪਣੇ ਹੱਥ ਨਾਲ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਯਾ ਅੱਲਾ, ਮੌਲਵੀ ਨੂੰ ਮੌਲਵੀ ਟੱਕਰਿਆ, ਅੱਲਾ ਬਰਕਤਾਂ ਪਾਈਆਂ। ਵੇਖ ਕੇ ਦੱਸ ਹੁਣ, ਤੇਰੇ ਖਾਣ ਵਾਲਿਆਂ ਨੂੰ ਸਿਹਤ ਦੇ ਤੇ ਪੈਸੇ ਮੇਰੇ ਵਾਸਤੇ ਹਲਾਲ ਦੇ ਹੋਣ। ਠੀਕ ਹੈ ਜੀ,
ਸਾਡੇ ਪੈਸੇ ਇਹ ਨਿਸ਼ਾਨੀਆਂ ਨੇ, ਠੀਕ ਹੈ ਸੋਹਣੇ, ਹੁਣ ਇਹਦਾ ਟਾਈਮ ਇਹ ਹੀ ਚੱਲਣ ਡਿਆ। ਉਹ ਹੁੰਦਾ ਨਾ ਕਿ ਯਾਰ ਅਕਸਰ ਵੇਖਿਆ ਕਿ ਅੰਬ ਤੋਲ ਕੇ ਕਾਲਾ ਛਾਪੜ ਕਿਉਂ ਰੱਖਦੇ ਨੇ ਦੁਕਾਨ ਦਾ, ਉਹ ਕਾਲੇ ਛਾਪੜ ਦੀ ਨਜ਼ਰ ਨੀ ਲੱਗਦੀ। ਨਹੀਂ ਇੱਕ ਗੱਲ ਹੋਰ ਮੈਂ ਵੇਖੀ ਹੈ ਕਿ ਜਿਹਨੂੰ 2 ਕਿਲੋ ਗਾਹਕ ਮੰਗਦਾ ਨਾ ਗਾਹਕ ਨੇ, ਉਹਨੇ ਦੁਕਾਨਦਾਰ ਨੇ ਛਾਪੜ ਚ ਪਾਉਣਾ 2 ਕਿਲੋ ਅੰਬ, ਅੱਛਾ ਗਾਹਕ ਨੇ ਜਿਹਨੂੰ ਪੈਸੇ ਕੱਢਣੇ ਨੇ ਜੇਬ ਚੋਂ ਤੇ ਦੁਕਾਨਦਾਰ ਨੇ ਉੱਥੇ ਇੱਕ ਹੋਰ ਛਾਪੜ ਰੱਖਿਆ ਹੋਣਾ 2 ਕਿਲੋ ਦਾ। ਓਏ ਉਹ ਫਲਾਡੀ ਆ ਬੰਦੇ ਹੁੰਦੇ ਨੇ, ਤੂੰ ਵੇਖਦਾ ਨੀ ਪਿਆ ਯਾਰ, ਜਿੰਨਾ ਮਰਜ਼ੀ ਪਾ ਕੇ ਜਿੱਥੇ ਮਰਜ਼ੀ ਨਜ਼ਰ ਅੱਗੇ ਨੀ ਆਉਂਦਾ। ਮੇਰੇ ਰੱਬ ਨੇ ਰਹਿਮਤਾਂ ਕੀਤੀਆਂ ਨੇ, ਅੱਲਾ ਤੁਹਾਨੂੰ ਕਰਮ ਹੈ। ਸੋਹਣੇ ਅੰਬ ਜੀ, ਸਿੰਦਰੀ ਅੰਬ ਜੀ, ਇਹ ਵੇਖੋ ਜੀ ਕਿੰਨੇ ਕਿੰਨੇ ਸੋਹਣੇ ਤੇ ਖੁਸ਼ਬੂ ਵੀ ਬੜੀ ਜ਼ਬਰਦਸਤ ਹੈ ਯਾਰ ਅੰਬਾਂ ਦੀ। ਅੱਜ ਕੱਲ੍ਹ ਜੂਸ ਪੀਣ ਦਾ ਆਪਣਾ ਹੀ ਮਜ਼ਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅਤੇ ਇੰਨੀ ਗਰਮੀ 'ਚ ਅੰਬ ਜਿਹੜਾ ਨਾ ਉਹ ਖਾਣਾ ਨੁਕਸਾਨ ਹੀ ਹੈ ਕਿਉਂਕਿ ਉਹ ਬੜੀ ਗਰਮੀ ਹੈ। ਜੇ ਤੁਸੀਂ ਖਾਣਾ ਹੀ ਚਾਹੁੰਦੇ ਹੋ ਤਾਂ ਤੁਸੀਂ ਜੂਸ ਬਣਾ ਕੇ ਪੀਓ, ਅਤੇ ਜੇ ਦਿਲ ਬਹੁਤਾ ਕਰਨ ਡਿਆ ਤਾਂ ਫਿਰ ਉੱਥੋਂ ਕੱਚੀ ਲੱਸੀ ਬਣਾ ਕੇ ਪੀਓ। ਕਿਉਂ ਜੀ ਮੌਲਵੀ ਸਾਹਿਬ ਹੈਲ ਕਰਦੇ, ਇਹ ਦੱਸ ਛੱਡੋ ਸਾਡੇ ਵੀਰਾਂ ਨੂੰ ਗੱਲ। ਨਹੀਂ ਜੀ, ਅੰਬ ਦੇ ਨਾਲ ਕੱਚੀ ਲੱਸੀ ਪੀਓਗੇ ਨਾ ਤੇ ਕਮਾਲ ਹੋਏਗਾ ਤੇ ਸੋਹਣਾ ਹੋਏਗਾ ਤੇ ਸੁਧਰਾ ਗਿਆ ਤਬੀਅਤ ਸਿਹਤ ਠੀਕ ਹੋਏਗੀ, ਨਹੀਂ ਤੇ ਫਿਰ ਬਾਅਦ ਚ ਤੁਹਾਨੂੰ ਨਿਕਲ ਆਉਣੀ ਆ ਪਿੱਤ। ਗਰਮੀ ਆ ਨਾ ਤੇ ਇਹ ਗਰਮੀ ਦਾ ਫਲ ਹੈ, ਗਰਮੀ ਨੂੰ ਗਰਮੀ ਮਾਰਦੀ ਹੋਣੀ, ਇਹ ਗਰਮੀਆਂ ਦਾ ਹੀ ਸੌਦਾ ਹੈ। ਤੇ ਇੱਕ ਹੋਰ ਵੀ ਗੱਲ ਹੈ ਯਾਰ, ਅੰਬ ਜਿਹੜਾ ਨਾ ਇਹ ਫਲਾਂ ਦਾ ਬਾਦਸ਼ਾਹ ਹੈ, ਇਹ ਬੰਦੇ ਨੂੰ ਨਹੀਂ ਪਤਾ ਫਲਾਂ ਦਾ ਬਾਦਸ਼ਾਹ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਤੇ ਇਹ ਅੰਬ ਇੱਕ ਐਸਾ ਸੌਦਾ ਕਿ ਇਹਨੂੰ ਜਿੰਨੀ ਵਾਰੀ ਮੁਰਜੀ ਮੂੰਹ ਚ ਪਾ ਪਾ ਕੇ ਕੱਢੋ, ਉਹ ਹੋਰ ਕੋਈ ਚੀਜ਼ ਮੂੰਹ ਚ ਪਾਈ ਕੱਢੀਆਂ ਵੇਖਿਆ ਉਲਝਣ ਹੁੰਦੀ ਹੈ, ਇਹਨੂੰ ਜਿੰਨੀ ਵਾਰੀ ਮਰਜ਼ੀ ਮੂੰਹ ਚ ਪਾਓ ਭੈਣੋ ਪਰ ਸਵਾਦ ਬਹੁਤਾ ਹੀ ਆਉਂਦਾ। ਜਦੋਂ ਅੰਬ ਖਤਮ ਹੋ ਜਾਂਦਾ ਵਿੱਚ ਜੂਸ ਤੇ ਜਨਾਬ ਗਿਟਕ ਵੀ ਚੂਸਾਂ ਦਾ ਆਪਣੇ ਆਪਣੇ ਉਹਦਾ ਓਨਾ ਹੀ ਸਵਾਦ ਹੈ, ਮਿਠਾਸ ਉਸ ਤਰ੍ਹਾਂ ਹੀ ਰਹਿਣੀ ਹੈ।